सब्सक्राइब करो निडर आवाज टीवी नू ते ताजा वीडियोस पाउन लई बेल दा बटन दबाओ। पंजाब पुलिस आए दिन ही किसी ना किसी मसले नू लैके अखबारां ते चैनलां दीआं सुरखियां च बनी रहिंदी है। फिर चाहे वह आंडे चोरी करन दी घटना होवे जां फिर फगवाड़ा दे SHO वल्लों सब्जी दी टोकरी नू लत मारन वाली होवे, अजिहा ही एक होर मामला पुलिस अधिकारियों दे अक्ष ते सवाल खड़े करदा जिला तरन तारण के थाणा भिखीविंड तो सामने आया है, जिथे बीती रात थाणा भिखीविंड विखे तैनात ASI सविंदर सिंह उर्फ सोहल अते नाल होर तीन मुलाजमान ने शराब पी के एक नौजवान की बुरी तरह कुटमार करन दे दोष लगे हैं। एकत्र हुई जानकारी अनुसार हिमांशु धवन पुत्र अमन धवन ने दसिया कि वह मकान ते कोठियां बिल्डिंगा आदि के नक्शे बनाउंदा काम करता है। वह हर रोज की तरह जदों अपनी कार ते अपने घर टाइम 9:20 के करीब पुजा तो वह अपनी गड्डी नू पार्क करके अपने घर नू जान ही लगा सी कि भिखीविंड पुलिस के चार मुलाजम जिन्हां चों ASI सविंदर सिंह, सोहल सिंह, सारज सिंह, शमशेर सिंह अते नाल एक होर मुलाजम उत्थे आया तो आउंदिया ही ASI सविंदर सिंह उर्फ सोहल ने उसका मोबाइल फोन खोलिया अते उसकी बुरी तरह कुटमारन करन लगे। हिमांशु ने दसिया कि थाणा भिखीविंड के मुलाजमान ने शराब पीती हुई सी अते वह कुटमार करते हुए उसनू थाने लै गए। जिक्रयोग है कि जदों इस घटना का पीड़ित हिमांशु के परिवार अते अड्डा वासियां समेत नगर पंचायत भिखीविंड के प्रधान रजेंद्र कुमार बब्बू शर्मा नू पता लगा तो लोगों का भारी हजूम थाणा भिखीविंड विखे पहुँच गया, जिथे मौके पर पहुंचे सब डिवीजन भिखीविंड के DSP राजवीर सिंह के आश्वासन दवाउण तो बाद चारे पुलिस मुलाजमान का मैडिकल कराने लई सरकारी हस्पताल सुर सिंह विखे भेज दिता, जिथे इन्हां चार पुलिस मुलाजमान का मैडिकल करवाया गया। दसणयोग गल यह भी है कि रात समय DSP भिखी राजवीर सिंह वल्लों भरोसा दवाया गया सी कि इन्हां चार पुलिस मुलाजमान खिलाफ कार्रवाई की जाएगी, लेकिन दिन वेले DSP साहिब अपने चार मुलाजमान का पक्ष पूरते हुए नज़र आए। हुण देखना यह होगा कि पंजाब पुलिस के उच्च अधिकारी अते जिला तरन तारण के मुखी SSP ਧਰੂਮਨ ਐਚ ਨਿਬਾਲੇ ਇਸ ਸੰਬੰਧੀ ਕੀ ਠੋਸ ਕਾਰਵਾਈ ਕਰਦੇ ਹਨ। ਜਿਹੜਾ ਮੈਂ ਖਾਂਦਾ ਅਮਨ ਕੁਮਾਰ ਸਰ, ਮੈਂ ਭਿੱਖੀਵਿੰਡ ਦਾ ਰਹਿਣ ਵਾਲਾ ਹਾਂ ਸਰ। ਮੈਂ ਨਗਰ ਪੰਚਾਇਤ ਭਿੱਖੀਵਿੰਡ ਦੇ ਵਿੱਚ ਕੰਮ ਕਰਦਾ ਹਾਂ ਆਰਕੀਟੈਕਟ ਕਮਿਊਨੀਕੇਸ਼ਨ ਦਾ, ਜਿਹਦੇ ਵਿੱਚ ਮੈਂ ਸਾਰੇ ਨਕਸ਼ੇ ਪਾਸ ਕਰਾਉਂਦਾ। ਅੱਜ ਸਾਢੇ 4:30 ਮੈਂ ਵਾਪਸ, ਸਾਢੇ 6 ਮੈਂ EO ਸਾਹਿਬ ਕਵਲਜੀਤ ਸਿੰਘ ਨਾਲ ਸ਼ਰਮਾ ਸਾਹਿਬ ਨੂੰ ਮਿਲ ਕੇ ਆ ਰਿਹਾ ਸੀ। ਮੈਂ ਘਰ ਆ ਕੇ ਆਪਣੀ ਗੱਡੀ ਪਾਰਕ ਕੀਤੀ, ਉਹਨਾਂ ਨੂੰ ਮਿਲਣ ਤੋਂ ਬਾਅਦ ਸੋਹਲ ਸਿੰਘ ਇਹ ਮੈਨੂੰ ਦੋਵੇਂ ਜਾਣੇ ਨੇ ਗੱਡੀ ਪਾਰਕ ਕਰਦੇ ਮੇਰੇ, ਜਦੋਂ ਆਪਾਂ ਕਾਰ ਦੇ ਵਿੱਚ ਉਤਰਦੇ ਹੱਥ 'ਤੇ ਵੀ ਫੋਨ ਹੁੰਦਾ ਮੇਰੇ, ਇੱਥੋਂ ਫੋਨ ਹੋਇਆ, ਫੋਨ ਦੇ ਕਾਰਨ ਜਦੋਂ ਫੋਨ ਖੋਇਆ ਸੀ ਉਦੋਂ ਇਹਨਾਂ ਕੋਲੋਂ ਡਰਿੰਕ ਦੀ ਸਮੈਲ ਆ ਰਹੀ ਸੀਗੀ ਸਰ, ਆ ਰਹੀ ਸੀ ਸਰ। ਇਹਨਾਂ ਕੋਲ ਭੱਜਾ ਵਾਂ, ਇਹਨਾਂ ਮੇਰਾ ਫੋਨ ਖੋਣ ਦੇ ਨਾਲ ਹੀ ਇਹਨਾਂ ਮੇਰੀ ਬਾਂਹ ਫੜ ਲਈ ਆ। ਜਿਹੜਾ ਫੁੱਟਪਾਥ ਦੇ ਵਿੱਚ ਆਪਣਾ ਰੇਡੀਅਮ ਲੱਗਾ ਹੁੰਦਾ ਗ੍ਰੀਨ ਕਲਰ ਦਾ, ਇਹਨਾਂ ਉਹਨੂੰ ਹੱਥ ਮੇਰਾ ਹੱਥ ਵੱਜਾ ਵਾ ਚੂੜੀ, ਮੈਂ ਹੱਥ ਵੱਜਣ ਤੋਂ ਬਾਅਦ ਨਾ ਉਹਨੂੰ ਫੜ ਕੇ ਮੇਰੇ ਬਾਂਹ ਦੇ ਵਿੱਚ ਮਾਰਿਆ ਹੈ। ਉਹ ਤੋਂ ਬਾਅਦ ਮਾਰਨ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਦੇ ਵਿੱਚ ਬਾਲਿਆ। ਮੈਂ ਆਪਣੇ ਮੇਰੇ ਡੈਡ ਦੇ ਫੋਨ ਆਏ ਮੈਨੂੰ, ਮੈਂ ਪਿੱਕ ਕਰਨ ਦੀ ਫੋਨ ਕੀਤੀ ਨਾ, ਫੋਨ ਖੋ ਕੇ ਇਹਨਾਂ ਨੇ ਅਗਲੇ ਪਾਸੇ ਡੈਸ਼ਬੋਰਡ 'ਤੇ ਮਾਰਿਆ। ਠੀਕ ਹੈ ਸਰ, ਮੇਰੇ ਕੋਲ ਮੇਰਾ ਆਈਫੋਨ ਦਾ ਪੈਡ ਆ, ਆਈ ਐਪਲ ਦਾ ਆਈਪੈਡ ਹੈ। ਮੈਂ ਉੱਥੇ ਫੋਨ ਕੀਤਾ, ਫੋਨ 'ਤੇ ਮੈਂ ਪਿੱਕ ਕਰਨ ਦੀ ਫੋਨ ਕੀਤੀ, ਇਹਨਾਂ ਨੇ ਇਹ ਵੀ ਖੋਣ ਦੀ ਕੋਸ਼ਿਸ਼ ਕੀਤੀ ਪਰ ਮੈਂ ਛੱਡ ਦਿੱਤਾ। ਪਰ ਇਹ ਮੈਨੂੰ ਇੱਥੇ ਲੈ ਕੇ ਆ ਗਏ। ਹੁਣ ਕਿਸ ਤਰ੍ਹਾਂ ਦੀ ਮੇਰੇ ਵਾਲ ਵੂਲ ਵੀ ਪੁੱਟੇ, ਸਾਰਾ ਕੁਛ ਕੀਤਾ, ਮੇਰੀ ਚੈਨੀ ਵੀ ਰਿਮੂਵ ਹੋ ਗਈ, ਮੇਰੇ ਘਰ ਵੀ ਚੈਨੀ ਵੀ ਨਹੀਂ ਹੈਗੀ। ਠੀਕ ਹੈ ਸਰ, ਮੇਰੀ ਜਿਹੜੀ ਕਾਰ ਦੀ ਚਾਬੀ ਉਹ ਜੇਬ ਦੇ ਵਿੱਚ ਮੈਂ ਆਪਣੇ ਡੈਡ ਨੂੰ ਦੇ ਦਿੱਤੀ। ਉਸ ਤੋਂ ਬਾਅਦ ਆ ਕੇ ਕੁੱਟਮਾਰ ਵੀ ਤੁਹਾਡੇ ਨਾਲ ਕੀਤੀ ਗਈ, ਬਹੁਤ ਕੀਤੀ ਇਹਨਾਂ ਨੇ ਮੇਰੇ, ਆ ਵੇਖ ਲਓ ਮੇਰੇ ਇੱਥੇ ਨਿਸ਼ਾਨ ਵੀ ਹੈਗਾ। ਕਿਸ ਤਰ੍ਹਾਂ ਦੀ ਮੰਗ ਕਰਦੇ ਜੋ ਸਰ, ਇਹਨਾਂ ਨੂੰ ਸਸਪੈਂਡ ਕੀਤਾ ਇਦਾਂ ਜੀ। ਅੱਜ ਨਾ ਮੈਂ ਘਰੇ ਸੀ, ਮੈਨੂੰ ਫੋਨ ਆਇਆ, ਆ ਮਾਨਸੂ ਸਾਡਾ ਬੱਚਾ ਹੈ, ਇਹ ਸਾਡਾ ਨਗਰ ਪੰਚਾਇਤ ਜਿਹੜਾ ਭਿੱਖੀਵਿੰਡ ਦਾ ਜਿਹੜਾ ਸੀਟੀ ਦਾ ਸਾਰਾ ਨਕਸ਼ਾ ਦਾ ਕੰਮ ਇਹ ਕਰਦਾ ਹੈ, ਜਿੰਨੇ ਸਾਡੇ ਸਰਕਾਰੀ ਨਕਸ਼ੇ ਜਾਂ ਦਫ਼ਤਰ ਦਾ ਹੋਰ ਵੀ ਕੰਮ ਹੈ ਉਹ ਸਾਡਾ ਇਹ ਕਰਦਾ ਹੈ। ਇਹ 6:30-7 ਦੇ ਕਰੀਬ ਸਾਡੇ ਕੋਲ ਪਹੁੰਚ ਕੇ ਗਿਆ ਦਫ਼ਤਰੋਂ, ਅਸੀਂ ਜਦੋਂ ਕੰਮ ਕਾਫੀ ਕਰਾਉਣਾ, 5 ਤੋਂ ਬਾਅਦ ਅਸੀਂ ਬੈਠ ਕੇ ਕਰੇ ਨੇ ਸਾਰਾ ਕੰਮ ਕੀਤਾ। ਇਹ ਜਦੋਂ ਆਪਣੇ ਘਰ ਵਾਪਸ ਜਾ ਰਿਹਾ ਸੀ, ਇਹ ਆਪਣੇ ਗੇਟ ਦੇ ਅੰਦਰ ਐਂਟਰ ਕਰਨ ਲੱਗਾ, ਗੱਡੀ ਐਂਟਰ ਕਰਨ ਲੱਗਾ, ਇਹਨੂੰ ਸੋਹਲ, ਇੱਕ ਸੋਹਲ ASI, ਇੱਕ ਸਾਰ ਸਿੰਘ ਦੇ ਨਾਲ ਹੋਰ ਵੀ ਦੋ ਸਿਪਾਹੀ ਜਿਨ੍ਹਾਂ ਨੇ ਇਹਨੂੰ ਕਿਹਾ ਕਿ ਤੂੰ ਕਿੱਧਰ ਫਿਰਦਾ ਇਸ ਵੇਲੇ, ਇਹਨੇ ਕਿਹਾ ਜੀ ਮੇਰਾ ਘਰ ਮੈਂ ਚੱਲਿਆ, ਇਹਨੂੰ ਖਿੱਚ ਕੇ ਪਹਿਲਾਂ ਉਹਨਾਂ ਦਾ 1.5 ਲੱਖ ਰੁਪਏ ਦਾ ਮੋਬਾਈਲ ਖੋਇਆ ਅਤੇ ਗੱਲ ਨੂੰ ਹੱਥ ਪਾ ਕੇ ਚੰਡੀਗੜ੍ਹ, ਉਸ ਤੋਂ ਬਾਅਦ ਇਹਨੂੰ ਮਾਰਿਆ ਕੁੱਟਿਆ ਗਿਆ। ਦੇਖੋ ਇਹਦੇ ਇੱਥੇ ਨਿਸ਼ਾਨ ਵੀ ਆ, ਚੋਰ ਦੇ ਨਿਸ਼ਾਨ ਵੀ ਆਏ ਆ, ਔਰ ਇਸ ਬੱਚੇ ਨੂੰ ਇੰਨਾ ਵੀ ਜ਼ਿਆਦਾ ਕੁੱਟਿਆ, ਇੰਨਾ ਤਸ਼ੱਦਦ ਕੀਤਾ ਗਿਆ। ਮੈਂ ਸਮਝਦਾ ਵੀ ਇਹ ਪੁਲਿਸ ਨਹੀਂ, ਇਹ ਕਿਸਾਈ ਆ, ਕਿਉਂਕਿ ਪਹਿਲਾਂ ਵੀ ਲੰਬੇ ਸਮੇਂ ਤੋਂ ਜਿਹੜੇ ਹਿੰਦੂ ਇੱਥੇ ਹਿੰਦੂ ਕਮਿਊਨਿਟੀ ਦੇ ਲੋਕ ਰਹਿੰਦੇ ਆ, ਉਹ ਪਹਿਲਾਂ ਹੀ ਬਹੁਤ ਡਰਦੇ ਮਾਹੌਲ ਨਾਲ ਰਹੇ ਆ ਪਿਛਲੇ ਕਾਫੀ ਸਮਿਆਂ ਤੋਂ, ਕਿਉਂਕਿ ਇੱਥੇ ਜੇ ਅੱਤੋ ਅੱਧਾ ਮਾਹੌਲ ਆਇਆ ਤਾਂ ਹਿੰਦੂ ਨੂੰ ਮਤਲਬ ਜਿਹੜੀ ਠੇਸ ਪਹੁੰਚੀ, ਜੇ
बॉर्डर एरिए लड़ाई की गल कर लिए हिंदुआ ठेस पाँगी। अज यही पुलिस प्रशासन जो पब्लिक की रक्षा वास्ते इतने थाना बनाया पिकन थाना कि पब्लिक नू इन्हां ने नजायज कुटना मारना तंग परेशान करना रात में शराब पी के 7 बजे तो बाहर निकलना तो लोगों को कुटना मैं समझदा कोई चंगी गल नहीं गी। असी ये मंग करते हैं पूरजोर मंग करते हैं जो सीनियर साढ़े अफसर डिप्टी साहब अंदर बैठे आ इन्हों का मुलाजा करा के होने ही दोषी पाए गए तो खिलाफ जी महकमा ने कारवाई की। सर उन्होंने कहना है की मुलाजिम ने ड्रिंक की लागे को बैठे जी स्मैल आ रही है की कारवाई करोगे जे मुलाजा करा लेंगे जे बाकी डॉक्टर साहब उन्होंने आ जाएगी ब्लड के यूरन के फिर भागी कारवाई कर देंगे उन्होंने। पुलिस वालों सर अजिहा क्यों किया जाता है भी दुकानदारा ही क्यों कुटमार की जाती आए दिन ही कोई ना कोई पहला कि केलियां रेहड़ी वाले भी मसला आया सी आंडे वाली रेहड़ी वाला मसला भी आया हूँ आ मसला वेखन मिल रहा है इक्का दुक्का चलो घटनावां होंदियां रहिंदियां है पर मतलब कोई ज़्यादा वड्डा इशू कभी नहीं आया अज ही गल का पता लगा वा ये सवेरे समाधिया मुलाजमान चंगी तरह मीटिंग करांगे भी वधिया सारे दुकानदारा नाल वधिया डीलिंग रखो ये भी अपने भरा आ ही रल मिल के चलना वा अजे तक मेरे चे पहली बार ज़्यादा ढंगाई का नोटिस आया वा थोड़ी जी गल सीरीयस नहीं तो 2 साल हो गए पहला भी लॉकडाउन लगा ही मैं उदों भी इत्थे ही हाँ कभी यहोजी नौबत नहीं आई बाई चांस जो आई है ये बारे अं विचार करा जोड़ा भी कोई मुलाजम खराब करता होगा वो इतों चेंज कर देंगे। तरन तारण तो कैमरामैन लखविंदर सिंह गुल नाल रिंपल गुल की विशेष रिपोर्ट। सबसक्राइब करो लीडर आवाज़ टीवी ताज़ा वीडियोज़ पाने बैल का बटन दबाओ।